ਅਮਰੀਕਮ ਜੀ, ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ, ਖੈਰੀਅਤ ਨਾਲ ਹੋਣਗੇ। ਅੱਜ ਜੀ ਆਪਾਂ ਰਿਵਿਊ ਕਰਨ ਲੱਗੇ ਹਾਂ ਡੈਕਸਟਰੋ ਦਾ ਵਾਟਰ ਪੰਪ ਹੈ ਜੀ, ਪ੍ਰੈਸ਼ਰ ਵਾਸ਼ਰ ਹੈ ਜਿਹਦੇ ਨਾਲ ਟਰੈਕਟਰ ਵਾਸ਼ ਕਰ ਸਕਦੇ, ਗੱਡੀ ਕੋਈ ਵੀ ਪ੍ਰੋਡਕਟ ਤੁਸੀਂ ਆਪਣੀ ਵਾਸ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਇਹ ਅੱਜ ਕੱਲ੍ਹ ਝੋਨੇ ਦਾ ਸੀਜ਼ਨ ਹੈ ਤੁਹਾਨੂੰ ਵੀ ਪਤਾ, ਅਤੇ ਟਰੈਕਟਰ ਜਿਹੜਾ ਕੱਦੂ ਕਰ ਰਿਹਾ, ਜਿਹਦੀ ਵਜ੍ਹਾ ਤੋਂ ਮੋਟਰ ਪੰਪ 'ਤੇ ਜਿਹੜਾ ਨਾ ਬਹੁਤ ਮੁਸ਼ਕਲ ਹੁੰਦਾ ਸੀ ਵਾਸ਼ ਕਰਨਾ, ਜਾਂ ਟਿਊਬਵੈੱਲ 'ਤੇ ਵਾਸ਼ ਕਰਨਾ ਬਹੁਤ ਮੁਸ਼ਕਲ ਸੀ। ਉਹਦੇ ਵਾਸਤੇ ਆਪਾਂ ਇਹ ਮੰਗਵਾਇਆ, ਅਤੇ ਆਪਾਂ ਇਹਦਾ ਰਿਵਿਊ ਕਰਦੇ ਹਾਂ, ਦੇਖਦੇ ਹਾਂ ਜੀ ਇਹਦੇ ਵਿੱਚੋਂ ਕੀ ਨਿਕਲਦਾ ਤੁਹਾਡੇ ਸਾਹਮਣੇ। ਇਹਨੂੰ ਖੋਲ੍ਹਾਂਗੇ ਅਤੇ ਜੋ ਵੀ ਇਹਦੇ ਵਿੱਚ ਹੈ ਤੁਹਾਡੇ ਸਾਹਮਣੇ ਸਾਰੀ ਓਪਨਿੰਗ ਇਹਦੀ ਕਰਾਂਗੇ, ਅਤੇ ਆਪਾਂ ਤੁਹਾਨੂੰ ਇਹਦਾ ਰੇਟ ਸ਼ੇਟ ਵੀ ਦੱਸਾਂਗੇ ਕਿ ਕਿੰਨੇ ਦਾ ਆਇਆ ਅਤੇ ਕੀ ਹਿਸਾਬ ਕਿਤਾਬ ਹੈ। ਓਪਨ ਕਰਦੇ ਹਾਂ ਜੀ, ਇਹਨੂੰ ਦੇਖਦੇ ਹਾਂ, ਬਿਸਮਿਲ੍ਲਾ ਕਰਦੇ ਹਾਂ ਜੀ, ਇਹਨੂੰ ਓਪਨ ਕਰਦੇ ਹਾਂ। ਸ਼ਾਮੀ ਅਸੀਂ ਲੈ ਕੇ ਆਏ ਹਾਂ ਜੀ, ਇਹ ਲੈਪਰ ਦੇ ਥਰੂ ਆਪਣੇ ਕੋਲ ਪਹੁੰਚਿਆ, ਕਰਾਚੀ ਤੋਂ ਪਾਰਸਲ ਆਇਆ, ਅਤੇ ਬਾਕੀ ਇਹਦੀ ਓਪਨਿੰਗ ਕਰਕੇ ਆਪਾਂ ਦੇਖ ਲੈਂਦੇ ਹਾਂ ਜੀ ਸਾਰਾ ਤੁਹਾਡੇ ਸਾਹਮਣੇ ਜੋ ਵੀ ਇਹਦੇ ਵਿੱਚ ਹੋਏਗਾ। ਬਿਸਮਿਲ੍ਲਾ ਕਰਤੀ ਹੈ ਜੀ ਆਪਾਂ, ਅਤੇ ਬਾਕੀ ਅੱਲਾਹ ਖੈਰ ਕਰੇ ਜੀ। ਹੈ ਜੀ, ਪ੍ਰੋਡਕਟ ਆ ਗਈ ਆਪਣੇ ਸਾਹਮਣੇ, ਬਾਕੀ ਇਹਦਾ ਰਿਵਿਊ ਵੀ ਆਪਾਂ ਇਨਸ਼ਾਅੱਲਾ ਜਦੋਂ ਆਪਾਂ ਟਰੈਕਟਰ ਵਾਸ਼ ਕਰਾਂਗੇ ਅਤੇ ਤੁਹਾਡੇ ਸਾਹਮਣੇ ਸਾਰਾ ਆਪਾਂ ਇਹਨੂੰ ਓਪਨ ਕਰਕੇ ਵਿਖਾਵਾਂਗੇ ਜੀ। ਸਭ ਤੋਂ ਪਹਿਲੇ ਤਾਂ ਇਹਦੇ ਵਿੱਚ ਆ ਗਏ ਜੀ ਕੁਛ ਪ੍ਰੋਡਕਟ, ਜਿਹੜਾ ਕੋਈ ਇਹਦੇ ਵਿੱਚ ਆਈ ਥਿੰਕ ਕੋਈ ਬੋਤਲ ਵਗੈਰਾ ਹੈ, ਆਪਾਂ ਚੈੱਕ ਕਰ ਲੈਂਦੇ ਹਾਂ ਜੀ। ਇਹ ਜਨਾਬ ਆਟੋਜਨ ਤੋਂ ਆਪਾਂ ਮੰਗਵਾਇਆ, ਅਗਰ ਕਿਸੇ ਨੇ ਆਪਣੇ ਰੈਫਰੈਂਸ ਨਾਲ ਮੰਗਵਾਉਣਾ ਹੋਵੇ ਤਾਂ ਇਨਸ਼ਾਅੱਲਾ ਨੰਬਰ ਡਿਸਕ੍ਰਿਪਸ਼ਨ 'ਚ ਹੋਏਗਾ, ਜਾਂ ਲਿੰਕ ਵਗੈਰਾ ਜਿਹੜਾ ਨਾ ਮੈਂ ਪੁੱਟ ਕਰ ਦਿਆਂਗਾ, ਉੱਥੋਂ ਤੁਸੀਂ ਮੰਗਵਾ ਸਕਦੇ ਹੋ। ਬਾਕੀ ਪ੍ਰਾਈਜ਼ ਵਗੈਰਾ ਇਹਦੀ ਜਿਹੜੀ ਹੈ ਉਹ ਵੀ ਤੁਹਾਨੂੰ ਮੈਨਸ਼ਨ ਕਰ ਦਿੱਤੀ ਜਾਏਗੀ ਹਰ ਚੀਜ਼ ਜਿਹੜੀ ਨਾ। ਇਹ ਜੀ ਬੋਤਲ ਹੈ, ਅਤੇ ਇਹ ਸ਼ੈਂਪੂ ਆ ਜਿਹੜਾ ਯੂਜ਼ ਹੋਏਗਾ ਅਗਰ ਆਪਾਂ ਗੱਡੀ ਵਾਸ਼ ਕਰਨੀ ਹੈ ਜਾਂ ਵੈਸੇ ਟਰੈਕਟਰ ਨੂੰ ਮਾਰਨਾ, ਅਤੇ ਇਹ ਜਿਹੜੀ ਬੋਤਲ ਹੈ। ਬਾਕੀ ਚੀਜ਼ਾਂ ਵੀ ਆਪਾਂ ਓਪਨ ਕਰਕੇ ਦੇਖ ਲੈਂਦੇ ਹਾਂ, ਅਤੇ ਸਭ ਤੋਂ ਪਹਿਲੇ ਇਹ ਮੈਨਿਊ ਆ ਗਿਆ, ਅਤੇ ਕੁਛ ਇਹਦੇ ਵਿੱਚ ਪੇਜ ਵਗੈਰਾ ਨੇ, ਮੈਨਿਊ ਬੁੱਕ ਹੈ ਜਿਹਦੇ ਉੱਤੋਂ ਦੇਖ ਕੇ ਆਪਾਂ ਇਹਦੀ ਫਿਟਿੰਗ ਕਰ ਸਕਦੇ ਹਾਂ ਕਿ ਕੀ ਕਰਨਾ। ਉਸ ਤੋਂ ਬਾਅਦ 'ਚ ਜਨਾਬ ਇਹਦਾ ਪਾਈਪ ਆ ਗਿਆ, ਉਸ ਤੋਂ ਇਲਾਵਾ ਇੱਕ ਦੋ ਹੋਲਡਰ ਨੇ ਜਿਹਦੇ ਵਿੱਚ ਫਿਲਟਰ ਹੈ ਜਿਹੜਾ ਬੈਕ ਸਾਈਡ 'ਤੇ ਲੱਗੇਗਾ ਜਿਹਦੇ ਨਾਲ ਪਾਈਪ ਲੱਗੇਗਾ। ਇਹਨਾਂ ਨੂੰ ਮਜ਼ੀਦ ਜਿਹੜਾ ਨਾ ਓਪਨ ਕਰਕੇ ਦੇਖ ਲਵਾਂਗੇ ਬਾਅਦ ਦੇ ਵਿੱਚ। ਇਹਦੇ ਵਿੱਚ ਤਾਂ ਫਿਲਟਰ ਹੀ ਹੈ ਸਿਰਫ ਜਿੱਥੇ ਪਾਈਪ ਫਿੱਟ ਹੋਏਗਾ। ਉਸ ਤੋਂ ਬਾਅਦ 'ਚ ਜਨਾਬ ਪਾਈਪ ਜਿਹੜਾ ਕਿਤੇ ਥੱਲੇ ਫਸਿਆ, ਉਸ ਤੋਂ ਬਾਅਦ 'ਚੋਂ ਗਨ ਆ ਗਈ ਹੈ ਜਨਾਬ, ਅਤੇ ਗਨ ਵੀ ਬੜੀ VIP ਹੈ, ਬੜਾ ਹੈਵੀ ਸੀਨ ਹੈ। ਇਨਸ਼ਾਅੱਲਾ ਸੁਬਹਾ ਜਿਹੜਾ ਨਾ ਆਪਾਂ ਟਰੈਕਟਰ ਵਾਸ਼ ਕਰਾਂਗੇ ਅਤੇ ਉਹਦੀ ਵੀ ਵੀਡੀਓ ਜਿਹੜੀ ਹੈ ਨਾ ਆਪਾਂ ਅਪਲੋਡ ਕਰਾਂਗੇ ਇਨਸ਼ਾਅੱਲਾ। ਅਤੇ ਬੜੀ ਜ਼ਬਰਦਸਤ ਕੁਆਲਿਟੀ ਦੀ ਪ੍ਰੋਡਕਟ ਹੈ, ਅਤੇ ਫੁੱਲ ਯੂਜ਼ ਕਰਾਂਗੇ ਅਤੇ ਆਪਾਂ ਨੂੰ ਕੋਈ ਜਿਹੜਾ ਨਾ ਅੰਦਾਜ਼ਾ ਹੋਏਗਾ ਕਿ ਕੀ ਸੀਨ ਹੈ ਇਹਦਾ। ਬਾਕੀ ਤੁਹਾਡੇ ਸਾਹਮਣੇ ਹਰ ਚੀਜ਼ ਆਪਾਂ ਓਪਨ ਕਰ ਰਹੇ ਹਾਂ ਜਨਾਬ। ਉਸ ਤੋਂ ਇਲਾਵਾ ਇਹ ਪ੍ਰੈਸ਼ਰ ਵਾਸ਼ਰ ਦੇ ਨਾਲ ਲੱਗਣ ਵਾਸਤੇ ਕਿੱਟ ਆ ਗਈ ਹੈ ਜਨਾਬ, ਜਿਹੜੀ ਪ੍ਰੈਸ਼ਰ ਬਣਾਏਗੀ, ਅੱਗੋਂ ਇਹਦੀ ਵਜ੍ਹਾ ਤੋਂ ਪ੍ਰੈਸ਼ਰ ਬਣੇਗਾ, ਕਲੋਜ਼ ਹੋ ਜਾਂਦੀ ਹੈ ਜਾਂ ਓਪਨ ਵੀ ਹੋ ਜਾਂਦੀ ਹੈ। ਅਤੇ ਆਹ ਦੇਖੋ ਜੀ, ਇੱਥੇ ਕਲੋਜ਼ ਹੋ ਗਈ, ਇੱਥੇ ਪ੍ਰੈਸ਼ਰ ਫੁੱਲ ਬਣੇਗਾ। ਇੱਥੇ ਥੋੜ੍ਹਾ ਜਿਹਾ ਜਿੱਦਾਂ ਆਪਾਂ ਇਹਨੂੰ ਓਪਨ ਕਰਾਂਗੇ ਥੋੜ੍ਹਾ ਜਿਹਾ ਵਾਟਰ ਜਿਹੜਾ ਨਾ ਉਹ ਓਪਨ ਕਰਕੇ ਸੱਟੇਗੀ ਹੈ। ਬਾਕੀ ਪ੍ਰੈਸ਼ਰ ਵਾਸ਼ਰ ਵੀ ਆਪਾਂ ਜਿਹੜਾ ਨਾ ਕੁਆਲਿਟੀ ਦੀ ਹਰ ਚੀਜ਼ ਚੈੱਕ ਕਰਾਂਗੇ ਤਸੱਲੀ ਦੇ ਨਾਲ। ਆਹ ਹੈਂਡਲ ਆ ਗਿਆ ਜੀ ਇਹਦਾ, ਬਾਕੀ ਸਾਰਾ ਸਮਾਨ ਹਲੇ ਆ ਰਿਹਾ ਜੀ। ਆਹ ਪਾਈਪ ਆ ਗਿਆ ਜਿਹੜਾ ਕਮ ਅਜ਼ ਕਮ ਕੋਈ 3 ਤੋਂ 4 ਫੁੱਟ ਦਾ ਹੋਏਗਾ, ਕਿਉਂਕਿ ਕੁਛ ਵਾਇਰ ਵਗੈਰਾ ਲਾ ਕੇ ਤੁਸੀਂ ਥੋੜ੍ਹਾ ਜਿਹਾ ਲੰਮਾ ਕਰ ਸਕਦੇ ਹੋ, ਇਹਨੂੰ ਇੱਕ ਜਗ੍ਹਾ 'ਤੇ ਰੱਖ ਕੇ ਈਜ਼ੀਲੀ ਯੂਜ਼ ਕਰ ਸਕਦੇ ਹੋ। ਬਾਕੀ ਆ ਵੀ ਇਹਦੇ ਕੋਈ ਹੈਂਡਲ ਵਗੈਰਾ ਹੀ ਹੈ, ਕਿਉਂਕਿ ਮਜ਼ੀਦ ਇਹਦੀ ਫਿਟਿੰਗ ਜਿਹੜੀ ਆ ਉਹ ਆਪਾਂ ਬੁੱਕ ਤੋਂ ਦੇਖ ਕੇ ਫਿੱਟ ਕਰਾਂਗੇ, ਅਤੇ ਫਿਰ ਜਿਹੜੀ ਇਹਦੀ ਆਖਰੀ ਲੁੱਕ ਹੋਏਗੀ ਉਹ ਇਨਸ਼ਾਅੱਲਾ ਤੁਹਾਡੇ ਸਾਹਮਣੇ ਜਿਹੜੀ ਹੈ ਨਾ ਆਪਾਂ ਚੈੱਕ ਕਰਵਾਵਾਂਗੇ ਤੁਹਾਨੂੰ। ਜਨਾਬ ਪ੍ਰੈਸ਼ਰ ਵਾਸ਼ਰ ਆ ਗਿਆ ਆਪਣਾ, ਥੋੜ੍ਹਾ ਜਿਹਾ ਬੋਕਸ ਦੇ ਵਿੱਚ ਜਿਹੜਾ ਨਾ ਬੋਕਸ ਆਪਾਂ ਸਾਈਡ 'ਤੇ ਕਰ ਦਿੱਤਾ ਹੈ ਜੀ। ਇਹ ਪ੍ਰੈਸ਼ਰ ਵਾਸ਼ਰ, ਇਹਨੂੰ ਵੀ ਓਪਨ ਕਰ ਲੈਂਦੇ ਹਾਂ ਆਪਾਂ ਫਿਲਹਾਲ। ਅਤੇ ਇਹਦੀ 6 ਮਹੀਨੇ ਦੀ ਗਰੰਟੀ ਹੈ ਜੀ, 6 ਮਹੀਨੇ ਦੇ ਵਿੱਚ ਇਹਨੂੰ ਕੋਈ ਮਸਲਾ ਹੁੰਦਾ, ਕੋਈ ਮੋਟਰ ਨੂੰ ਕੋਈ ਵੀ ਕੋਈ ਇਸ਼ੂ ਹੁੰਦਾ ਉਹ ਤੁਸੀਂ ਚੇਂਜ ਕਰ ਸਕਦੇ ਹੋ। ਇੱਥੇ ਇਹਦੇ ਨਿੱਪਲ ਵਗੈਰਾ ਆ ਜਾਣਗੇ ਜਿਹੜਾ ਕੁਛ ਇਹਦੇ ਨਾਲ ਫਿੱਟ ਹੋਣਾ। ਐਡਾ ਵੇਟ ਨਹੀਂ ਹੈ, ਕਮ ਅਜ਼ ਕਮ ਜ਼ਿਆਦਾ ਤੋਂ ਜ਼ਿਆਦਾ ਇਹਦਾ ਟੋਟਲ ਵੇਟ ਜਿਹੜਾ ਨਾ 8.5 ਕਿਲੋ ਦੇ ਦਰਮਿਆਨ। ਬਾਕੀ ਇਹਦੀ ਫਿਟਿੰਗ ਹੋਏਗੀ, ਸਾਹਮਣੇ ਆਏਗਾ ਤੁਹਾਡੇ, ਅਤੇ ਫਿਰ ਆਪਾਂ ਦੇਖਦੇ ਹਾਂ ਜੀ ਇਹ ਕੀ ਨਿਕਲਦਾ ਅਤੇ ਕੀ ਕੁਛ ਕਰਨਾ ਇਹਦੇ ਨਾਲ। ਅਲਹਮਦੁਲਿਲਾ ਜੀ ਦੋਸਤੋ, ਆਪਣਾ ਪ੍ਰੈਸ਼ਰ ਵਾਸ਼ਰ ਜਿਹੜਾ ਉਹ ਫਿਕਸ ਹੋ ਗਿਆ, ਜੋ ਜੋ ਇਹਦੇ ਨਾਲ ਚੀਜ਼ਾਂ ਸੀ ਆਪਾਂ ਉਹਨਾਂ ਨੂੰ ਫਿਕਸ ਕਰ ਦਿੱਤਾ। ਆ ਤੁਸੀਂ ਇਹ ਦੇਖ ਸਕਦੇ ਹੋ ਪ੍ਰੈਸ਼ਰ ਗਨ ਵੀ ਕਾਫੀ ਹੈਵੀ ਹੈ। ਬਾਕੀ ਆ ਪਾਈਪ ਵਾਸਤੇ ਐਡਜਸਟਮੈਂਟ ਕਰਨ ਵਾਸਤੇ
बैक साइड भी चैक कर लो जी, इत्थे इहदी वायर आ जाएगी। उस अलावा तुहानू इहदी टोटली जिहड़ी है ना मैं दिखा दिंदा जी, इहदे विच तुसीं सर्फ वगैरह यूज़ कर सकते हो। उस तो बाद इत्थे तुहाडा पाइप लगेगा जिहड़ा पानी चक्केगा। बाकी मोटर भी काफ़ी अच्छी क्वालिटी की है, हुण इहनू यूज़ करके देखांगे। सुबह इंशाल्लाह जिहड़ा ना आपां इहदे नाल ट्रैक्टर भी वाश करांगे, उहदी भी वीडियो जिहड़ी ना अपलोड करांगे। ते बाकी बहुत अच्छी प्रोडक्ट है। 110 पहले मैं बाय करन लगा सी, लेकिन मैनू एक दोस्त ने मशवरा दिता है कि 140 बाय करो। इहदा मॉडल है DX 140, ते एक कराची तो आया। आपां नूं टोटल आपां नूं पै गए जी 13,500 दे विच। अगर किसी भाई ने मंगवाउणा होवे तो इंशाल्लाह लिंक जिहड़ा है वो डिस्क्रिप्शन च पुट कर देंगे, तो उत्थों लै सकदे हैं। उम्मीद है कि अज्ज दा वीडियो तुहानूं अच्छा लगा होएगा। अगर वीडियो अच्छा लगा तो रिक्वेस्ट है कि कमेंट कर दिओ, लाइक कर दिओ, शेयर कर दिओ, ते चैनल नूं सबसक्राइब कर दिओ। थैंक्स फॉर वॉचिंग। अल्लाह हाफिज़।